रॉड अते कड़े दा इस्तेमाल किया गया जी। वाहेगुरु जी का खालसा वाहेगुरु जी की फतेह। अज अमृतसर दे विखे इन्हां नौजवानां दे नाल देखो जी अज की घटना वापरी है जी। इन्हां नाल दिन दिहाड़े एक फोटोग्राफर जो कि इस बुत दे सामने इत्थे 15 फोटोग्राफर ने मिलके इन्हां दे नाल किस तरह देखो मार कुटाई करके इन्हां दे सिर ते रॉड अते कड़े दा इस्तेमाल किया गया जी। इस सिंह दे उत्ते सिर दे उत्ते रॉड मार के ब्रेसलेट जिहड़े हुंदे ने मारन वाले देखो दिखाओ एक वारी भाजी दिखा बेटा कित्थे मारी है जख्मी किया गया। असी पब्लिक दिन दिहाड़े पब्लिक ने आए दिन शनि एतवार इथे गुंडागर्दी हो रही है। पंजाब दे फोटोग्राफर जो इथे खड़े होके फोटोग्राफी करते ने उन्हां दी सरेआम बदमाशी है ਤੁਸੀਂ ਆਪ ਦੇਖ ਸਕਦੇ ਹੋ। ਬਾਕੀ ਇਸ ਬੱਚੇ ਕੋਲ ਪੁੱਛਦੇ ਆ ਪੂਰੀ ਗੱਲ ਕੀ ਹੋਈ ਸੀ, ਦੱਸ ਬੇਟਾ ਕੀ ਗੱਲ ਹੋਈ ਸੀਗੀ? ਕੋਈ ਨਹੀਂ ਆਂਦੇ ਵੀ ਫੋਟੋ ਖਿਚਾ ਲਓ, ਆਪਾਂ ਕਿਹਾ ਵੀ ਨਹੀਂ ਵੀਰਾ ਪਾਣੀ ਖਿਚਾਉਣੀ, ਪੈਸੇ ਨਹੀਂ ਹੈਗੇ ਏਡੇ ਕੋਈ ਨੇ। ਕਹਿੰਦਾ ਵੀ ਦੂਜਾ ਡੈਮੋ ਲੈ ਧੱਕੇ ਨਾਲ ਬਿਠਾ ਕੇ ਤੇ ਡੈਮੋ ਡੈ ਪੈ ਲੈਣ ਤੇ ਕਹਿੰਦਾ ਚਲ ਵਧੀਆ ਫੋਟੋ ਕੋਈ ਗੱਲ ਨਹੀਂ ਇਹਦਾ ਮੈਂ ਫੋਨ ਚ ਖਿੱਚ ਲਾਂਗੇ। ਕਹਿੰਦਾ ਤੂੰ ਸਾਨੂੰ ਫੋਨ ਵਿਖਾਉਂਦਾ ਵਾ ਏਦਾਂ ਓਦਾਂ ਤੇ ਧੱਕੇ ਨਾਲ ਹੀ ਗੁੱਟ ਫੜੀ ਗਿਆ। ਮੈਂ ਭਰਾ ਨੂੰ ਜਾਣ ਦੋ ਤੇ ਗੁੱਟ ਫੜ ਕੇ ਤੇ ਆ ਗਏ ਮੁੰਡੇ 5-6 20-25 ਮੁੰਡੇ ਇਕੱਠੇ ਹੋ ਗਏ ਤੇ ਆ ਕੇ ਸਿਰ ਚ ਕੜੀ ਮਾਰਨ ਲੱਗ ਪਏ ਜੇ ਤੇ ਸੁੱਟ ਤੁਹਾਨੂੰ ਥੱਲੇ ਤੇ ਬਸ ਇੰਨੇ ਜੇ ਸ਼ਰਾਬ ਪੀਤੀ ਜੇ ਤੇ ਨਾ ਕੋਈ ਛਡਾਉਣ ਗਾਹ ਹੋਇਆ ਨਾ ਕੋਈ ਲੈਣਾ ਕੋਈ ਆਪਣਾ ਦੀ ਮਾੜੀ ਮੋਟੀ ਕੋਈ ਪਛਾਣ। ਤੁਹਾਡੇ ਨਾਲ ਕੀ ਗੱਲ ਹੋਈ ਸੀ? ਸ਼ਾਨਪੂੜੀ ਆ ਮੇਰਾ ਭਰਾ ਸੀ, ਇਹਦੇ ਨਾਲ ਹੀ ਇਦਾਂ ਇਹਨੂੰ ਬਿਠਾ ਲਿਆ ਸੀ ਇਹਨਾਂ ਫੋਟੋ ਖਿਚਾਉਣ ਲਈ। ਤੇ ਆਂਦੇ ਵੀ ਫੋਟੋ ਖਿਚਾਓ, ਚਲ ਪੁੱਤਰ ਤੁਸੀਂ ਜਾਓ ਨਾ। ਕੋਈ ਗੱਲ ਹੋਈ ਵੀ ਇਹਨੂੰ ਅਸੀਂ ਆਖਿਆ ਵੀ ਨਹੀਂ ਖਿਚਾਉਣੀ ਤੇ ਬਸ ਇਸੇ ਗੱਲ ਤੁਹਾਨੂੰ ਪਛਾਣਿਆ ਸਾਰਿਆਂ ਦੀ? ਹਾਂਜੀ ਹਾਂਜੀ, ਇਹਨਾਂ ਮੁੰਡਿਆਂ ਨੂੰ ਸਾਰਿਆਂ ਦੀ ਪਛਾਣ ਹੈ, ਜਿਨ੍ਹਾਂ ਜਿਨ੍ਹਾਂ ਨੇ ਮਿਲ ਕੇ ਕੁੱਟਿਆ ਇਹਨਾਂ ਨੂੰ ਸਭ ਦੀ ਪਛਾਣ ਹੈਗੀ ਜੀ। ਬਾਕੀ ਇੱਧਰ ਦੇ ਕਮਿਸ਼ਨਰ ਨੂੰ ਤੇ DCP ਨੂੰ ਰਿਕੁਐਸਟ ਹੈ ਇਹਨੂੰ ਜਲਦ ਤੋਂ ਜਲਦ ਐਕਸ਼ਨ ਲੈ ਕੇ ਇਸ ਦਾ ਰੈਜ਼ੋਲੂਸ਼ਨ ਨਿਕਾਲਿਆ ਜਾਏ ਪਲੀਜ਼। ਤੇਰੇ ਨਾਲ ਕੀ ਗੱਲ ਹੋਈ ਸੀਗੀ? ਮੈਂ ਇਹ ਸਾਡੇ ਨਾਲ ਹੀ ਹੈ ਉਹੀ ਗੱਲ ਵੀ ਸਾਡੇ ਕੋਲ ਤਾਂ ਇਹ ਭਰਾ ਵਿੱਚੇ ਪੈ ਗਏ ਆ ਇਹਨੂੰ ਵੀ। ਕਿੰਨੇ ਬੰਦੇ ਸੀਗੇ ਤਕਰੀਬਨ? 15-15 ਬੰਦੇ ਸੀਗੇ। 15-20 ਚਲੋ ਆਪਾਂ ਜੀ ਤੁਹਾਡੇ ਨਾਲ ਲੱਗਦੇ ਇੱਥੇ। ਅੱਗੇ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਆ ਕਿ ਗੁਰੂ ਘਰ ਆਈ ਸੰਗਤ ਉਹਦੇ ਤੇ ਮਾੜਾ ਅਸਰ ਪੈਂਦਾ, ਤੁਸੀਂ ਇਹੋ ਜੀਆਂ ਹਰਕਤਾਂ ਨਾ ਕਰੋ, ਲੜਾਈ ਝਗੜੇ ਨਾ ਕਰੋ। ਪਰ ਇਹ ਬਾਜ਼ ਨਹੀਂ ਆਉਂਦੇ, ਇਹਨਾਂ ਨੂੰ ਪਹਿਲਾਂ ਵੀ ਕਈ ਵਾਰਾਂ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਤੁਸੀਂ ਇਹ ਗੁਰੂ ਘਰ ਨੂੰ ਇੱਕ ਲੜਾਈ ਦਾ ਮੈਦਾਨ ਨਾ ਬਣਾਓ। ਪਰ ਇਹ ਲੜਾਈ ਦਾ ਮੈਦਾਨ ਬਣਾ ਰਿਹਾ, ਇਹ ਮਾੜੀ ਗੱਲ ਆ। ਜੋ ਜਗਤ ਦੇ ਵਿੱਚ ਇੰਨੀ ਪ੍ਰਸਿੱਧ ਮਹਾਨ ਜਗ੍ਹਾ ਜਿਹੜੀ ਇਹ ਧਾਰਮ ਜਿਹੜੀ ਸੰਗਤ ਆਉਂਦੀ ਹੈ ਉੱਥੇ ਮਾੜਾ ਅਸਰ ਪੈ ਰਿਹਾ। ਪਰ ਬਾਬਾ ਜੀ ਮੈਨੂੰ ਸੁਣਨ ਚ ਆਇਆ ਕਿ ਹਰ ਸ਼ਨੀ ਐਤਵਾਰ ਉੱਥੇ ਲੜਾਈਆਂ ਹੁੰਦੀਆਂ ਨੇ।